ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਮੁੱਖ ਮੰਤਰੀ ਭਗਵੰਤ ਮਾਨ ਦੀ ਵਾਈਫ ਗੁਰਪ੍ਰੀਤ ਕੌਰ ਮਾਨ ਕਾਫੀ ਟਾਈਮ ਤੋਂ ਪ੍ਰੈਗਨੈਂਟ ਸੀ ਤੇ ਹੁਣ ਉਹਨਾਂ ਕੋਲ ਜਿਹੜੀ ਇੱਕ ਕੁੜੀ ਦੀ ਦਾਤ ਹੋਈ ਆ। ਭਗਵੰਤ ਮਾਨ ਇੱਕ ਵਾਰ ਫੇਰ ਜਿਹੜੇ ਪਿਤਾ ਬਣੇ ਨੇ ਤੇ ਉਹਨਾਂ ਦੀ ਵਾਈਫ ਕੋਲ ਜਿਹੜੀ ਇੱਕ ਕੁੜੀ ਹੋਈ ਆ। ਹਾਂਜੀ ਦੋਸਤੋ, ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਦੱਸਿਆ ਸੀ ਭਗਵੰਤ ਮਾਨ ਨੇ ਕਿ ਮੇਰੀ ਵਾਈਫ ਗੁਰਪ੍ਰੀਤ ਕੌਰ ਮਾਨ ਪ੍ਰੈਗਨੈਂਟ ਆ 7-8 ਮਹੀਨੇ ਤੋਂ, ਤੇ ਕਾਫੀ ਜਿਹੜਾ ਮਜ਼ਾਕ ਵੀ ਉਡਾਇਆ ਗਿਆ ਸੀ। ਤੇ ਦੋਸਤੋ ਹੁਣ ਗੱਲ ਦੱਸਦੀ ਭਗਵੰਤ ਮਾਨ ਦੀ ਵਾਈਫ ਕੋਲ ਜਿਹੜੀ ਕੁੜੀ ਹੋਈ ਆ, ਤੇ ਪਹਿਲਾਂ ਵੀ ਦੱਸਦੀ ਭਗਵੰਤ ਮਾਨ ਕੋਲ 2 ਬੱਚੇ ਨੇ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ, ਉਹਨਾਂ ਵਿੱਚ ਇੱਕ ਕੁੜੀ ਤੇ ਇੱਕ ਮੁੰਡਾ। ਕੁੜੀ ਨੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਆ ਕੇ ਭਗਵੰਤ ਮਾਨ ਬਾਰੇ ਕਾਫੀ ਬੋਲਿਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਕਦੇ ਪਿਤਾ ਦੁਬਾਰੇ ਨਹੀਂ ਬਣ ਸਕਦੇ। ਪਰ ਦੋਸਤੋ, ਇੱਕ ਵਾਰ ਜਿਹੜਾ ਦੁਬਾਰੇ ਭਗਵੰਤ ਮਾਨ ਪਿਤਾ ਬਣੇ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਸੀ, ਕਾਫੀ ਇਲਜ਼ਾਮ ਲਾਏ ਸੀ ਭਗਵੰਤ ਮਾਨ ਤੇ ਕਿ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ, ਆਪਣੀ ਵਾਈਫ ਨਾਲ ਜਿਹੜੀ ਪਹਿਲਾਂ ਤੋਂ ਵਾਈਫ ਸੀ ਉਹਨਾਂ ਨਾਲ ਕਾਫੀ ਧੱਕਾ ਕੀਤਾ। ਤੇ ਇੱਕ ਵਾਰ ਸੋਸ਼ਲ ਮੀਡੀਆ ਤੇ ਫੇਰ ਆ ਕੇ ਭਗਵੰਤ ਮਾਨ ਦੀ ਵਾਈਫ ਨੇ ਕਿਹਾ ਕਿ ਇਹਨਾਂ ਤੋਂ ਪਹਿਲਾਂ ਵਾਲੇ ਜਿਹੜੇ ਬੱਚੇ ਨਹੀਂ ਸਾਂਭੇ ਗਏ, ਉਹ ਹੁਣ ਆਪਣੇ ਨਵੇਂ ਬੱਚਿਆਂ ਨੂੰ ਕੀ ਸਾਂਭਣਗੇ। ਦੋਸਤੋ, ਕਮੈਂਟ ਕਰਕੇ ਜ਼ਰੂਰ ਦੱਸੋ ਭਗਵੰਤ ਮਾਨ ਕਿੰਨਾ ਸਹੀ ਹੈ ਤੇ ਕਿੰਨਾ ਗਲਤ ਹੈ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ।